ਸਾਰਿਆਂ ਨੂੰ ਹੱਥ ਜੋੜ ਕੇ ਪਿਆਰ ਅਤੇ ਸਤਿ ਸ਼੍ਰੀ ਅਕਾਲ। ਹੋਰ ਸਾਰੇ ਠੀਕ ਠਾਕ ਹੋ ਅਤੇ ਨਵੇਂ ਵਲੌਗ 'ਚ ਤੁਹਾਡਾ ਬਹੁਤ ਬਹੁਤ ਸਵਾਗਤ ਆ। ਅਤੇ 4-5 ਦਿਨ ਪਹਿਲਾਂ ਨਾ ਮੈਂ ਇੱਕ ਮਤਲਬ ਕਿ ਪਾਰਸਲ ਮੰਗਵਾਇਆ ਸੀ ਅਤੇ ਫਲਿੱਪਕਾਰਟ ਤੋਂ ਮਤਲਬ ਕਿ ਔਡਰ ਕੀਤਾ ਸੀ। ਉਹਨੇ 4-5 ਦਿਨ ਲਾ ਤੇ, ਮਤਲਬ ਕਿ ਬੜੀ ਵੇਟ ਕਰਾਈ ਮੇਰੀ। ਅਤੇ ਬਾਕੀ ਕਾਫੀ ਮੈਂ ਸਰਚਿੰਗ ਸਰਚਿੰਗ ਕਰਕੇ ਅਤੇ ਉਹ ਚੀਜ਼ ਮੈਂ ਮੰਗਵਾਈ ਆ, ਅਤੇ ਇਹ ਸ਼ਨੀਵਾਰ ਨੂੰ ਮਤਲਬ ਕਿ ਆਈ ਸੀ। ਬਾਕੀ ਤੁਸੀਂ ਗੈਸ ਕਰਕੇ ਦੱਸੋ, ਕਮੈਂਟ ਕਰੋ ਕਿ ਕੀ ਹੋ ਸਕਦਾ। ਲਓ ਵੀ ਮਿੱਤਰੋ, ਆਹ ਮੈਂ ਚੀਜ਼ ਮੰਗਵਾਈ ਫਲਿੱਪਕਾਰਟ ਤੋਂ। ਬਾਕੀ ਤੁਸੀਂ ਗੈਸ ਕਰਕੇ ਦੱਸੋ ਕੀ ਚੀਜ਼ ਹੋ ਸਕਦੀ ਹੈ, ਆ ਛੋਟੇ ਡੱਬੇ 'ਚ ਕੀ ਚੀਜ਼ ਹੋ ਸਕਦੀ ਹੈ। ਠੀਕ ਹੈ, ਇਹਨੂੰ ਆਉਂਦੇ ਆਉਂਦੇ 4-5 ਦਿਨ ਲੱਗ ਗਏ ਆ, ਅਤੇ ਹੁਣ ਆਪਾਂ ਇਹਦੀ ਕਰਨ ਲੱਗੇ ਅਨਬੋਕਸਿੰਗ। ਚਲੋ ਫਿਰ ਕਰਦੇ ਹਾਂ ਇਹਦੀ ਅਨਬੋਕਸਿੰਗ। ਅੱਗੇ ਬੜਾ ਟਾਈਮ ਹੋ ਗਿਆ ਇਹਨੂੰ, ਅਤੇ ਮੈਂ ਕਿਹਾ ਚੱਲ ਹੁਣ ਕਰਦੇ ਹਾਂ, ਨਾਲੇ ਦੇਖੀਏ ਕੀ ਮਤਲਬ ਕਿ ਕੁਆਲਿਟੀ ਹੈਗੀ ਇਹਦੀ, ਹੈ ਨਾ। ਨਾਲੇ ਤੁਹਾਨੂੰ ਦਿਖਾਉਂਦੇ ਹਾਂ ਕਿ ਕੀ ਚੀਜ਼ ਹੈਗੀ ਹੈ। ਕਹੀਏ ਫਿਰ, ਚਲੋ ਜੀ। ਆਹ ਫਲਿੱਪਕਾਰਟ ਤੋਂ ਮੰਗਵਾਇਆ ਜੀ। ਜਿਹੜੀ ਜਿਹੜੀ ਚੀਜ਼ ਦੀ ਆਪਾਂ ਨੂੰ ਲੋੜ ਪਊਗੀ ਨਾ, ਆਪਾਂ ਉਹ ਚੀਜ਼ ਔਡਰ ਕਰ ਦਿਆ ਕਰਨੀ। ਪਹਿਲਾਂ ਮੈਂ ਐਮਾਜੋਨ 'ਤੇ ਵੀ ਸਰਚਿੰਗ ਕਰਕੇ ਮੈਂ ਦੇਖਿਆ ਕਾਫੀ ਚੀਜ਼ਾਂ, ਫਿਰ ਉਸ ਤੋਂ ਬਾਅਦ ਫਿਰ ਮੈਂ ਫਲਿੱਪਕਾਰਟ 'ਤੇ ਦੇਖੀ, ਫਿਰ ਮੈਨੂੰ ਆਹ ਪ੍ਰੋਡਕਟ ਮੈਨੂੰ ਚੰਗਾ ਲੱਗਾ, ਅਤੇ ਮੈਂ ਕਿਹਾ ਚੱਲ ਆਹ ਆਪਾਂ ਮੰਗਵਾ ਲੈਂਦੇ ਹਾਂ। ਗੈਸ ਕਰੋ ਕੀ ਹੋ ਸਕਦਾ। ਆਪਾਂ ਮੰਗਵਾਇਆ ਸੀਗਾ ਬੋਇਆ ਦਾ ਮਾਈਕ, ਮਤਲਬ ਕਿ ਕੋਲਰ ਮਾਈਕ ਜਿਹੜਾ ਆਪਾਂ ਯੂਜ ਕਰਦੇ ਹਾਂ ਨਾ। ਇਹਦੇ ਨਾਲ ਇਹ ਹੈ ਕਿ ਜਿੱਦਾਂ ਮੰਨ ਲਓ ਬੈਕਗਰਾਉਂਡ ਦੀ ਨੋਇਜ਼ ਹੁੰਦੀ ਨਾ, ਜਿੱਦਾਂ ਮੰਨ ਲਓ ਫੈਨ ਚੱਲਣ ਦਿਆ ਜਾਂ ਆਊਟ ਏਰੀਆ ਦੀ ਜਿੰਨੀ ਵੀ ਆਵਾਜ਼ ਹੁੰਦੀ ਆ, ਉਹ ਮਤਲਬ ਕਿ ਇਹਨੂੰ ਰਿਮੂਵ ਕਰ ਦਿੰਦਾ। ਠੀਕ ਹੈ, ਮਤਲਬ ਕਿ ਆਵਾਜ਼ ਨਹੀਂ ਆਉਂਦੀ। ਇਹਦੇ ਨਾਲ ਇਹ ਹੈ ਕਿ ਜਿਹੜੀ ਆਪਣੀ ਆਡੀਓ ਆ ਉਹ ਕਾਫੀ ਮਤਲਬ ਕਿ ਕੁਆਲਿਟੀ ਵਧੀਆ ਆ ਜਾਂਦੀ ਆ। ਮੈਂ ਬੜੇ ਜਿਹੇ ਦਾ ਵੇਖਦਾ ਪਿਆ ਸੀ ਕਿ ਆਹ ਚੀਜ਼ ਆਪਾਂ ਮੰਗਵਾਈਏ ਮਾਈਕ, ਇਹਦੇ ਨਾਲ ਇਹ ਹੈ ਕਿ ਕੁਆਲਿਟੀ ਵਧੀਆ ਆਉਂਦੀ ਹੈ। ਬਾਕੀ ਹੁਣ ਇਹਨੂੰ ਆਪਾਂ ਖੋਲ੍ਹਦੇ ਹਾਂ ਅਤੇ ਨਾਲੇ ਚੈੱਕ ਕਰ ਲਾਂਗੇ। ਬਾਕੀ ਚੈੱਕ ਕਰਕੇ ਪਤਾ ਲੱਗਣਾ ਕਿ ਕੀ ਕੁਆਲਿਟੀ ਕੀ ਇਹਦੀ। ਆ ਦੋ ਦੇ ਨਾਲ ਮਿਲੀਆਂ ਕਾਪੀਆਂ, ਇੱਥੇ ਲਿਖਿਆ ਹੋਣਾ ਜੋ ਵੀ ਸਾਰਾ ਕੁਛ ਲਿਖਿਆ ਹੁੰਦਾ। ਆ ਨਾਲ ਇੱਕ ਬੈਗ ਜਿਹਾ ਬਣਿਆ ਜਿੱਦਾਂ ਪੋਰਟਲੀ ਹੁੰਦੀ। ਆ ਇੱਕ ਆ ਗਿਆ ਮਾਈਕ, ਇਹ ਮਤਲਬ ਕਿ ਆਪਾਂ ਜਦੋਂ ਮੋਬਾਈਲ ਦੇ ਨਾਲ ਹੈੱਡਫੋਨ ਲਾਉਂਦੇ ਹਾਂ ਉਹੀ ਜੈਕ ਬਣਿਆ ਹੈ 3.5 ਦਾ ਜਿਹੜਾ ਹੁੰਦਾ। ਅਤੇ ਆਹ ਹੈਗਾ ਜੀ ਛੋਟਾ ਜਿਹਾ ਮਾਈਕ। ਠੀਕ ਹੈ, ਅਤੇ ਨਾਲ ਇੱਥੋਂ ਔਨ ਔਫ ਕਰਨ ਵਾਸਤੇ, ਅਤੇ ਇਹ ਚੀਜ਼ ਜਿਹੜੀ ਆ ਆਪਾਂ ਇੱਦਾਂ ਸ਼ਰਟ ਦੇ ਨਾਲ ਆਪਾਂ ਲਾ ਸਕਦੇ ਹਾਂ। ਆ ਪੈਕਟ ਦੇ ਵਿੱਚ ਹੋਰ ਵੀ ਅਸੈਸਰੀ ਹੈਗੀ ਆ, ਚੈੱਕ ਕਰਦੇ ਹਾਂ ਆਪਾਂ ਕੀ ਹੈਗਾ। ਆ ਇੱਕ ਹੋਰ ਆਪਾਂ ਨੂੰ ਜੈਕ ਮਿਲਿਆ, ਇਹ ਮੇਰੇ ਖਿਆਲ ਨਾਲ ਇਹ ਕੰਮ ਆਉਂਦਾ ਹੈ ਕਿ ਜਦੋਂ ਆਪਾਂ ਮਾਈਕ ਵਗੈਰਾ ਨਹੀਂ ਜਿੱਥੇ ਲੱਗਦੇ ਉਹਨੂੰ ਜੈਕ ਹੁੰਦਾ ਇਸ ਤਰ੍ਹਾਂ ਦਾ, ਅਤੇ ਇਹ ਇਸ ਤਰ੍ਹਾਂ ਇਹਦੇ 'ਚ ਲਗਾ ਕੇ ਅਤੇ ਉਹਦੇ ਵਿੱਚ ਮੰਗ ਕੇ ਆਹ ਵਾਲਾ ਜੈਕ ਲੱਗਦਾ ਹੁੰਦਾ ਮੇਰੇ ਖਿਆਲ ਨਾਲ ਇਹ ਚੀਜ਼ ਹੈ। ਅਤੇ ਇਹ ਜਿਹੜੀ ਚੀਜ਼ ਆ ਇਹ ਮਾਈਕ ਦੇ ਉੱਤੇ ਲੱਗ ਜਾਣੀ ਹੈ। ਹਾਂ ਮੈਂ ਲਾ ਕੇ ਦਿਖਾਉਂਦਾ ਤੁਹਾਨੂੰ।
हाँ देखो इस तरह मतलब कि पूरा माइक की शेप च आ जाता है। उत्ते फॉर्म जी ला के तो बिल्कुल तैयार हो गया। इसकी वायर भी काफ़ी लंबी थी जेडे मैं पहला चेक किए ना जेडे जिदा मान लो मतलब कि होर कंपनी का भी है ही वो ये प्राइस भी घट ही तो ये प्राइस है ये मैनू पाया 900 रुपये का जड़ा जेडे कई माइक है वो सस्ते भी है पर उन्होंने क्वालिटी एड्डी मतलब कि खास नहीं गई कोई जिदा मतलब कि स्टार्टिंग में 250 रुपये का भी है माइक ये अपन पाया 900 रुपये का ठीक है। इन टाइम भी लग गया आद्या आद्या 4-5 दिन ला दे इन्हें आप वायर किन्नी गई जिनी कानू मतलब कि वायर चाहिए है जिनी क लंबी भी करनी है इन आप इतों खोल के कर सकते हैं। और नाल एक चूंडी टाइप मतलब कि आ चीज मिली है जी आप कॉलर से ला सकते हैं बखाना तुम हाँ इतों आप मतलब कि वायर में जड़ी है वायर में आप इतों ला लेना तो सैटिंग करके तो फिर आप शर्ट पर चला लेना ठीक है। हम मैं भी क्वालिटी क्वालिटी चेक कर लाँगा तो बाकी मैं डिस्क्रिप्शन के पा दाँगा कि माइक मंगाया मैं बाकी यदि हम क्वालिटी चेक करनी पैनी है जे तो क्वालिटी वधिया आई फिर तो बहुत वधिया बाकी मेरे हिसाब से होनी चाहिए है क्योंकि ज़्यादातर मैं देखा यूट्यूब से भी ज़्यादातर यही बोया माइक मतलब कि यूज हों खासियत है नॉइज होंगी बैकग्राउंड नॉइज़ उन्होंने मतलब कि कटिंग कर दिता तो वो ना है कि जी आवाज़ है वो बड़ी वजी क्वालिटी हो जाती है। बाकी हूँ इन चेक करके फिर मैं वेखागा तो ठीक है फिर मैं तुम दसागा अगले ब्लॉग से। बाकी जो ब्लॉग वधिया लग्या तो लाइक शेयर कमेंट जरूर करो तो बाकी ब्लॉग में शेयर जरूर कराया करो ठीक है। बाकी दस्यो कि आप अगला ब्लॉग कि लैके आईए ठीक है तो शेयर वो तो शेयर करो तो आप इदा ही ब्लॉग लैके आते रहेंगे तो बाकी अपने जोड़े ब्लॉग है बिल्कुल सिंपल पंजाबी लैंग्वेज में आएंगे। चलो ठीक है फिर आप फिर मिलते हैं सारे प्यार सत श्री अकाल टेक करके बाय।